ਕਿਵੇਂ ਲੋਕਾਂ ਦੇ ਵਿੱਚ ਇੱਕ ਜਿਹੜੀ ਨੈਸ਼ਨਲ ਮੂਵਮੈਂਟ ਸੀ ਯੂਐਨਓ ਦੇ ਚਾਰਟਰ ਦੇ ਆਦਿਵਾਸੀਆਂ ਨੂੰ ਉਹਨਾਂ ਨੇ ਮਾਰ ਜਾਣਿਆ ਤੇ ਉਜਾੜਨ ਦੀ ਲੜਾਈ ਹੋਵੇ ਉਹਦੇ ਵਿਰੋਧ ਦੇ ਵਿੱਚ ਇੱਥੋਂ ਦੇ ਪ੍ਰਬੰਧ ਨਿਸ਼ਾਨਾ ਬਣਦੇ ਨੇ ਜਿਹੜੇ ਉਹਨਾਂ ਦੀ ਰਿਪੋਰਟਿੰਗ ਕਰਦੇ ਨੇ ਅੱਜ ਸਾਡੀ ਸੀਡੀਆਰ ਦੀ ਟੀਮ ਵੀ ਉੱਥੇ ਜਾਣ ਨਹੀਂ ਦਿੱਤੀ ਜਾਂਦੀ ਅੱਜ ਇੱਥੋਂ ਤੱਕ ਵੀ ਹੈ ਕਿ ਇੱਕ ਬੁੱਧੀਜੀਵੀ ਅਤੇ ਹੋਰ ਜਮਹੂਰੀ ਲੋਕ ਤੇਲੰਗਾਨਾ ਪੁਲਿਸ ਫੜ ਲੈਂਦੀ ਹੈ ਅਤੇ ਉਹਨਾਂ ਦੇ ਇੱਕੋ ਦੋਸ਼ ਲਾ ਕੇ ਕਿ ਇਹ ਤਾਂ ਉਹਨਾਂ ਦੀ ਕ੍ਰਾਂਤੀ ਵੱਲ ਚੱਲੇ ਸੀ ਉਹ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ ਜਮਾਨ ਸਪੈਸ਼ਲ ਪਾਵਰ ਐਕਟ ਲਾ ਕੇ ਇੱਥੋਂ ਦੀਆਂ ਜਿਹੜੀਆਂ ਫੌਜ ਨੂੰ ਪੁਲਿਸ ਨੂੰ ਜਿਹੜਾ ਖੁੱਲ੍ਹੀਆਂ ਛੁੱਟੀਆਂ ਦਿੰਦਾ ਹੈ ਉਹਦੇ ਵਿੱਚ ਦੇ ਨਾਂ 'ਤੇ ਫੌਜ ਨੇ ਸਪੁਰਦ ਕੀਤਾ ਵੀ ਇਹ ਤੁਹਾਨੂੰ ਨੌਕਰੀ ਦੇਣਗੇ ਅੱਤਵਾਦੀ ਹੋ ਸਕਦੇ ਸੀ ਕਿਉਂਕਿ ਉਹਨਾਂ ਦੇ ਪਠਾਣੀ ਦਸਾਂ ਪਈਆਂ ਹੋਈਆਂ ਸੀ ਇਹ ਬਹਾਨਾ ਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਬਾਹਰ ਕੱਢ ਲੈਂਦਾ ਗਰਮੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਮੁੜ ਚੁੱਕੀਆਂ ਗਈਆਂ ਸੀ ਪਰ ਗਰਮੀਆਂ ਨੇ ਸਰਕਾਰ ਦੇ ਗੋਡੇ ਨਹੀਂ ਸੀ ਜਿਹੜੇ ਗਰਮੀ ਕਾਲੇ ਪਾਣੀਆਂ ਚੋਂ ਬਚ ਕੇ ਆ ਗਏ ਸੀ ਜਿੱਥੋਂ ਲੋਕੀ ਬਚ ਵੀ ਨਹੀਂ ਆਉਂਦੇ ਇੰਨੀ ਬੁਰੀ ਹਾਲਤ ਸੀ ਉੱਥੇ ਉਹਨੂੰ